ਨਾਮ ਮੇਰਾ ਜੀ ਅਮਨਦੀਪ ਸਿੰਘ, ਪਿੰਡ ਵੱਲਾ, ਮੱਲੇ ਕੀ ਪੱਤੀ ਦਾ ਰਹਿਣ ਵਾਲਾ। ਹਾਂਜੀ, ਕੀ ਹੋਇਆ ਜੀ ਅੱਜ ਤੁਹਾਡੇ ਵੱਲੋਂ? ਗੱਲ ਇਸ ਤਰ੍ਹਾਂ ਸੀਗੇ ਕਿ ਕਾਫੀ ਦੇਰ ਤੋਂ ਸਾਡੇ ਪਿੰਡ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਚਲਾਈ ਗਈ ਕਿ ਜਿਨ੍ਹਾਂ 'ਤੇ ਕੋਈ ਪੁਰਾਣੇ ਕੇਸ ਸੀਗੇ ਉਹਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਪੁਲਿਸ ਆਉਂਦੀ ਸੀ, ਅਤੇ ਜਿਨ੍ਹਾਂ 'ਤੇ ਵੀ ਕੇਸ ਸੀਗੇ ਇਨਵੈਸਟੀਗੇਸ਼ਨ ਕਰਨ ਲਈ ਆਉਂਦੇ ਸੀ ਅਤੇ ਇਨਵੈਸਟੀਗੇਸ਼ਨ ਕਰਨ ਲਈ ਸਾਡੇ ਘਰ ਵੀ ਆਏ ਪਹਿਲੇ ਨੰਬਰ 'ਤੇ। ਅਤੇ ਜਦੋਂ ਇਨਵੈਸਟੀਗੇਸ਼ਨ ਕਰਨ ਆਏ ਉਹਨਾਂ ਦਾ ਇਨਵੈਸਟੀਗੇਸ਼ਨ ਕਰਨ ਦਾ ਤਰੀਕਾ ਬਿਲਕੁਲ ਗਲਤ। ਅਰਲੀ ਮੋਰਨਿੰਗ ਆਉਂਦੇ ਸੀਗੇ, ਲੇਡੀਜ਼ ਸੁੱਤੇ ਹੁੰਦੇ ਸੀ, ਮਤਲਬ ਕੋਈ ਇਹਨਾਂ ਨੂੰ ਪੁੱਛਦੇ ਨਹੀਂ ਸੀਗੇ ਬਾਹਰੋਂ, ਨਾ ਆਪਣੀ ਆਈਡੈਂਟੀ ਦਿੰਦੇ ਸੀਗੇ ਅਸੀਂ ਕੌਣ ਆ ਕੌਣ ਨਹੀਂ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਚੀਜ਼ ਦੀ ਘੋਰ ਨਿੰਦਾ ਕਰਦੇ ਹਾਂ। ਦੂਸਰੇ ਨੰਬਰ 'ਤੇ ਜਦੋਂ ਇਨਵੈਸਟੀਗੇਸ਼ਨ ਕਰਨ ਆਉਂਦੇ ਆ, ਦੋ ਚਾਰ ਬੰਦੇ ਕੋਈ ਮੋਦਬਾਰ ਪਿੰਡ ਦਾ ਨਹੀਂ ਲਿਆਉਂਦੇ ਜੀ, ਸਿੱਧੇ ਆਉਂਦੇ ਆ, ਚਲੋ ਅਸੀਂ ਫਿਰ ਮੰਨਿਆ ਕਿ ਚਲੋ ਇਨਵੈਸਟੀਗੇਸ਼ਨ ਕਰ ਸਕਦੇ ਆ, ਉਹਨਾਂ ਦਾ ਹੱਕ ਆ। ਉਹ ਆਏ, ਉਹ ਫਿਰ ਗਏ, ਫਿਰ ਕਰਦੇ ਕਰਦੇ ਇੱਥੋਂ ਤੱਕ ਕਿ ਸਾਡੇ ਨਾਲ ਫਾਲਤੂ ਵੀ ਗੱਲਾਂ ਕੀਤੀਆਂ ਜਾਂਦੀਆਂ, ਸਾਡੀ ਫੈਮਿਲੀ ਨੂੰ ਹਰਾਸਮੈਂਟ ਵੀ ਕੀਤਾ ਗਿਆ, ਛੋਟੇ ਛੋਟੇ ਬੱਚਿਆਂ ਨੂੰ ਵੀ ਮੰਦਾ ਚੰਗਾ ਬੋਲਿਆ ਜਾਂਦਾ। ਪਰ ਦੂਸਰੇ ਨੰਬਰ 'ਤੇ ਇੱਕ ਮਹੀਨੇ ਤੋਂ ਦੋ ਮਹੀਨੇ ਡੇਢ ਮਹੀਨਾ ਹੋ ਗਿਆ ਸਾਨੂੰ ਇਸ ਹਰਾਸਮੈਂਟ ਦੇ ਸ਼ਿਕਾਰ ਹੁੰਦੇ ਹੋਏ। ਫਿਰ ਅੱਜ ਜਿਹੜਾ ਲੇਟੈਸਟ ਜਿਹੜਾ ਕੰਮ ਕੀਤਾ, ਸਵੇਰੇ ਸਟਾਫ ਆਇਆ ਸਾਡੇ ਵੱਲ, ਜਦੋਂ ਸਟਾਫ ਆਇਆ ਤਾਂ ਉਸ ਟਾਈਮ 'ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਧਰਮਿੰਦਰ ਸਿੰਘ, ਅਸੀਂ ਆਖਿਆ ਜੀ ਘਰੇ ਆ। ਉਹ ਬੰਦਾ ਘੱਟੋ ਘੱਟ ਸਾਲ ਹੋ ਗਿਆ ਉਹਨੂੰ ਕੰਮ ਕਰਦਿਆਂ ਨੂੰ ਜੀ, ਜਦ ਕਿ ਇਹ ਪੰਜਾਬ ਥਾਣਾ ਵੱਲੇ ਨੂੰ ਪੁਲਿਸ ਸਟਾਫ ਨੂੰ ਵੀ ਸਾਰਾ ਪਤਾ ਆ, ਪਿੰਡ ਨੂੰ ਵੀ ਪਤਾ, ਮੁਹੱਲੇ ਨੂੰ ਵੀ ਪਤਾ, ਫੈਮਿਲੀ ਨੂੰ ਵੀ ਪਤਾ। ਫਿਰ ਉਹ ਸਵੇਰੇ 9 ਤੋਂ 5 ਜਾਂਦਾ ਅਤੇ ਆਪਣੀ ਸ਼ਾਮ ਨੂੰ ਡਿਊਟੀ 'ਤੇ ਘਰ ਆ ਜਾਂਦਾ, ਘਰ ਆ ਕੇ ਆਪਣੀ ਫੈਮਿਲੀ ਦੇ ਵਿੱਚ ਮਾਨ ਨਾਲ ਰੈਸਟ ਕਰਦਾ, ਦਿਨੇ ਫਿਰ ਉਹ ਅਰਲੀ ਮੋਰਨਿੰਗ ਕੰਮ ਚੱਲ ਜਾਂਦਾ, ਪੰਜਾਬ ਮੰਡੀ ਬੋਰਡ ਦੇ ਵਿੱਚ ਉਹ ਡਿਊਟੀ ਕਰਦਾ ਜੀ। ਠੀਕ ਆ, ਜਿਹੜਾ ਅੱਜ ਉਹਨਾਂ ਕੰਮ ਕੀਤਾ, ਸਵੇਰੇ ਉਹਨਾਂ ਨੂੰ ਟਾਈਮ ਲਿਆ 5 ਵਜੇ ਤੋਂ ਲੈ ਕੇ, ਅਤੇ ਉਹ ਕਹਿੰਦੇ ਕਿ ਸ਼ਾਮ ਨੂੰ ਇਸ ਤਰ੍ਹਾਂ ਕਰਿਓ ਕਿ ਸ਼ਾਮੀ ਆ ਕੇ ਅਤੇ ਪੇਸ਼ ਕਰਾ ਦਿਓ, ਇਨਵੈਸਟੀਗੇਸ਼ਨ ਕਰਨੀ ਆ। ਜਦੋਂ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਨੇ ਆਪਣੇ ਪੇਰੈਂਟਸ ਲੈ ਕੇ ਗਏ, ਫਾਦਰ ਸਾਹਿਬ ਸੀਗੇ ਨਾਲ, ਕੋਈ ਲਾਗੋਂ ਸੀਗੇ ਟੇਲਰ ਮਾਸਟਰ ਸੀਗੇ, ਲਾਗੇ ਦੁਕਾਨ ਸੀਗੀ ਘਰ ਦੇ, ਉਹ ਵੀ ਗਏ ਵੀ ਚਲੋ ਯਾਰ ਉੱਥੇ ਜਿਹੜੀ ਕੋਈ ਇਨਕੁਆਇਰੀ ਆ ਕਰਵਾ ਕੇ ਅਤੇ ਆ ਜਾਂਦੇ ਹਾਂ। ਜਦੋਂ ਇਨਵੈਸਟੀਗੇਸ਼ਨ ਕਰਨ 'ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਅਤੇ ਇਹਨਾਂ ਘੱਟੋ ਘੱਟ 5 ਘੰਟੇ ਦੀ ਕਸਟਡੀ ਦੇ ਵਿੱਚ ਰੱਖ ਕੇ ਇੱਥੋਂ ਚੰਗਾ ਭਲਾ ਬੰਦਾ ਤੁਰ ਕੇ ਗਿਆ ਵਾ, ਉੱਥੋਂ ਬੇਹੋਸ਼ੀ ਦੀ ਹਾਲਤ ਦੇ ਵਿੱਚ 3 ਮੁਲਾਜ਼ਮ ਆਉਂਦੇ ਆ, 2 ਆਪਣਾ ਵਿਦਆਊਟ ਯੂਨੀਫੋਰਮ ਅਤੇ 1 ਯੂਨੀਫੋਰਮ ਦੇ ਵਿੱਚ। ਇੱਕ ਸਾਨੂੰ 2 ਮੁਲਾਜ਼ਮ ਤਾਂ ਬਿਲਕੁਲ ਡਰੱਗ ਦੇ ਵਿੱਚ ਸੀਗੇ, ਨਸ਼ੇ ਦੇ ਵਿੱਚ ਸੀਗੇ। ਉਸ ਤੋਂ ਬਾਅਦ ਗੱਡੀ ਲਾਈ ਜਾਂਦੀ ਆ ਅਤੇ ਜਦੋਂ ਅਸੀਂ ਗੱਡੀ ਖੜ੍ਹੀ ਕਰਕੇ ਵੀਡੀਓ ਬਣਾਉਣ ਲੱਗਦੇ ਤਾਂ ਸਾਨੂੰ ਮਨ੍ਹਾ ਕੀਤੀ ਜਾਂਦੀ ਆ, ਉਹਨਾਂ ਵੱਲੋਂ ਗਲਤ ਸ਼ਬਦਾਵਲੀ ਵੀ ਬੋਲੀ ਜਾਂਦੀ ਆ। ਫਿਰ ਜਦੋਂ ਅਸੀਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਰੁਕੋ, ਅਤੇ ਉਹ ਫਿਰ ਤੁਰੰਤ ਵਾਪਸ ਪਹੁੰਚ ਗਏ। ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪੈਗ ਲਾਇਆ ਵਾ, ਡਰਿੰਕ ਕੀਤੀ ਆ, ਉਹ ਫਿਰ ਤੁਰੰਤ ਗੱਡੀ ਛੱਡ ਕੇ ਅਤੇ ਚੱਲ ਗਏ, ਅਤੇ ਗੱਡੀ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਜੇ ਮੌਕੇ 'ਤੇ ਜੀ। ਬਸ, ਅਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਰੱਖਦੇ ਹਾਂ ਕਿ ਇਹੋ ਜਿਹੇ ਸਟਾਫ ਦੀ ਸਾਨੂੰ ਨਹੀਂ ਲੋੜ, ਅਤੇ ਜੋ ਬਣ ਸਰ ਜਿਹੜੇ ਗੁਰਵਿੰਦਰ ਸਿੰਘ ਜੀ ACP ਈਸਟ, ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਤੁਹਾਡੇ ਧਰਮਿੰਦਰ ਸਿੰਘ ਜੋ ਵੀ ਕੋਈ ਇਨਵੈਸਟੀਗੇਸ਼ਨ ਕਰਨਾ ਸਾਡਾ ਹੱਕ ਆ, ਉਹ ਇਨਵੈਸਟੀਗੇਸ਼ਨ ਕਰਨ, ਇਨਵੈਸਟੀਗੇਸ਼ਨ ਕਰਦੇ ਜੇ ਕੋਈ ਫੈਮਿਲੀ ਜ਼ਿੰਮੇਵਾਰੀ ਚੁੱਕਦੀ ਆ ਜਾਂ ਪਿੰਡ ਦਾ ਕੋਈ ਮੋਹਤਬਾਰ ਜ਼ਿੰਮੇਵਾਰੀ ਚੁੱਕਦਾ, ਅਤੇ ਉਹ ਜਿਹੜੇ ਵੀ ਕੋਈ ਪੁਰਾਣੇ ਕੇਸ ਆ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਉਸ ਕੇਸਾਂ ਨੂੰ ਖਤਮ ਕੀਤਾ ਜਾਏਗਾ ਤੁਹਾਡੇ ਜ਼ਿੰਮੇਵਾਰੀ ਦੇ ਆਧਾਰ 'ਤੇ, ਔਰ ਜਿਹੜੀ ਪੁਲਿਸ ਤੁਹਾਡੇ ਘਰ ਆਉਂਦੀ ਆ ਉਹ ਵੀ ਨਹੀਂ ਆਏਗੀ। ਇਸ ਭਰੋਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਵੇਰੇ ਅਰਲੀ ਮੋਰਨਿੰਗ ਉਹਨਾਂ ਨੇ ਕਿਹਾ ਕਿ ਸਾਹਿਬ ਨਾਲ ਗੱਲ ਕੀਤੀ ਜਾਏਗੀ, ਉੱਥੇ ਸਾਨੂੰ ਰਿਟਨ ਦੇ ਵਿੱਚ ਦੇ ਦਿਓ ਅਤੇ ਅਸੀਂ ਸਵੇਰੇ ਤੁਹਾਡਾ ਮਸਲਾ ਹੱਲ ਕਰ ਦੇਵਾਂਗੇ। ਹੁਣ ਦੇ ਟਾਈਮ ਦੇ ਵਿੱਚ ਕੰਡੀਸ਼ਨ ਮੁੰਡੇ ਦੀ ਖਰਾਬ ਹੀ ਹੋਣ, ਕੌਲ ਕੀਤੀ ਆ ਕੁਛ ਹੱਦ ਤੱਕ ਠੀਕ ਆ, ਬਾਕੀ ਅਸੀਂ ਵਾਹਿਗੁਰੂ ਗਾੜੀ ਇਹੀ ਅਰਦਾਸ ਕਰਦੇ ਹਾਂ ਕਿ ਉਹ
ਠੀਕ ਹੋ ਜੇ। ਜੇ ਅਗਰ ਨਹੀਂ ਠੀਕ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਪੁਲਿਸ ਥਾਣਾ ਵੱਲਾ ਹੋਏਗਾ, ਪੁਲਿਸ ਪਾਰਟੀ ਹੋਏਗੀ। ਮੈਰਿਟ ਜੀ, ਦੋ ਬੱਚੇ ਜੀ, ਉਹਦੇ ਵਾਈਫ ਹੈ ਜੀ, ਵਾਈਫ ਵੀ ਉਹਦੀ ਡਿਊਟੀ ਕਰਦੀ ਹੈ, ਜੋਬ ਕਰਦੀ ਹੈ, ਪ੍ਰਾਈਵੇਟ ਸਰਵਿਸ ਕਰਦੀ ਜੇ, ਬੱਚੇ ਉਹਦੇ ਛੋਟੇ ਜੇ, ਇੱਕ ਬੱਚਾ ਵੈਸੇ ਹੀ ਉਹਦਾ ਮਤਲਬ ਕੰਡੀਸ਼ਨ ਸਹੀ ਨਹੀਂ ਰਹਿੰਦੀ, ਮੈਡੀਕਲ ਚੱਲਦਾ ਪਿਆ ਉਹਦਾ, ਇਸ ਕਰਕੇ ਉਹ ਘਰ ਤੋਂ ਅਸੀਂ ਸਾਰੇ ਬੜੇ ਪਰੇਸ਼ਾਨ ਹਾਂ, ਫੈਮਿਲੀ ਬਹੁਤ ਪਰੇਸ਼ਾਨ ਆ, ਅਤੇ ਸਾਨੂੰ ਨਾ ਹਰਾਸਮੈਂਟ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਅੱਗੇ। ਸਾਨੂੰ ਇਹੀ ਮੰਗ ਆ ਕਿ ਸਾਡੇ ਦਾ ਜੋ ਬਣਦਾ ਹੱਕ ਆ ਸਾਡੇ ਨਾਲ ਧੱਕਾਸ਼ਾਹੀ ਨਾ ਕੀਤੀ ਜਾਵੇ, ਜੋ ਸਾਡੇ ਮੁੰਡੇ ਦੀ ਜੋ ਵੀ ਪਿੱਛੇ ਦਾ ਕੋਈ ਰਿਕਾਰਡ ਆ ਅਤੇ ਉਹਨੂੰ ਸਾਫ਼ ਕਰਕੇ ਦਿੱਤਾ ਜਾਵੇ। ਅੱਗੇ ਤੋਂ ਅਸੀਂ ਜ਼ਿੰਮੇਵਾਰੀ ਚੁੱਕਦੇ, ਜੇ ਸਾਡਾ ਮੁੰਡਾ ਕੋਈ ਗਲਤ ਕੰਮ ਕਰਦਾ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਤੁਸੀਂ ਵੀ ਵਰਦੀ ਦੀ ਗੱਲ ਕਰ ਰਹੇ ਸੀ, ਤੁਸੀਂ ਸਰ ਮੈਂ ਪਰੇਸ਼ਾਨ, ਮੈਂ ਐਜ਼ ਏ ਮੌਕੇ 'ਤੇ ਫਾਇਰ ਬ੍ਰਿਗੇਡ ਜੋਬ ਕਰਦਾ, ਡਰਾਈਵਰ ਓਪਰੇਟਰ DO ਅੰਮ੍ਰਿਤਸਰ ਕਰਦਾ ਜੀ, ਕਾਰਪੋਰੇਸ਼ਨ ਅੰਮ੍ਰਿਤਸਰ, ਸਬ ਸਟੇਸ਼ਨ ਫੋਕਲ ਪੁਆਇੰਟ। ਮੈਂ ਇੰਨਾ ਵਰਦੀ ਤੋਂ ਪਰੇਸ਼ਾਨ ਹੋ ਕੇ ਆਪਣੇ ਆਪ ਦੀ ਡਿਊਟੀ ਤੋਂ ਰਿਜ਼ਾਈਨ ਦੇਣ ਤੱਕ ਗਿਆ ਸੀਗਾ ਕਿ ਮੈਨੂੰ ਕੋਈ ਮਾਣ ਨਹੀਂ ਰਹਿ ਗਿਆ ਇਸ ਵਰਦੀ ਤੋਂ, ਕਿਉਂਕਿ ਪੁਲਿਸ ਆਉਂਦੀ ਆ, ਚੁੱਕ ਕੇ ਲੈ ਜਾਂਦੀ, ਆਪਣੀ ਆਈਡੈਂਟੀ ਨਹੀਂ ਦਿੰਦੀ, ਨਾ ਕੋਈ ਪਿੰਡ ਦਾ ਮੋਹਤ ਬਾਰ ਆਉਂਦਾ, ਇੰਨੀ ਦੀ ਗੁੰਡਾਗਰਦੀ ਜੀ ਟੈਪ ਇਨਵੈਸਟੀਗੇਸ਼ਨ ਹੁੰਦੀ ਆ, ਇਹ ਚੀਜ਼ ਸਾਨੂੰ ਨਹੀਂ ਪਸੰਦ। ਠੀਕ ਆ, ਪੁਲਿਸ ਆਉਂਦੀ ਆਪਣੀ ਕਾਰਵਾਈ, ਇੱਕ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਪੁਲਿਸ ਦਾ ਸਿਸਟਮ ਬਹੁਤ ਵਧੀਆ ਆ, ਅਸੀਂ ਮੁਜਰਮ ਨੂੰ ਮਿੰਟ 'ਚ ਫੜ ਲੈਂਦੇ ਹਾਂ, ਦੂਸਰੇ ਨੰਬਰ 'ਤੇ ਜੇ ਮਿੰਟ 'ਚ ਫੜ ਹੀ ਲੈਂਦੇ ਤਾਂ ਘਰ ਬੈਠਿਆਂ ਨੂੰ ਆਪਾਂ ਕਿਉਂ ਨਹੀਂ ਫੜ ਸਕਦੇ, ਜਦੋਂ ਸਾਹਮਣੇ ਫੈਮਿਲੀ ਆ, ਸਾਹਮਣੇ ਬੱਚੇ ਆ, ਸਾਹਮਣੇ ਬੰਦਾ ਬੈਠਾ ਵਾ, ਫਿਰ ਇਹਨਾਂ ਨੂੰ ਕਾਹਦਾ ਡਰ ਆ ਕਿ ਸਾਨੂੰ ਆਈਡੈਂਟੀ ਨਹੀਂ ਦਿੱਤੀ ਜਾਂਦੀ ਆਪਣੀ ਜੀ। ਹੁਣ ਗੱਲ ਮੁੱਕੀ ਆ ਕਿ ਸਾਨੂੰ ACP ਈਸਟ ਸਾਹਿਬ ਨੇ, ਗੁਰੂ ਬਰਿੰਦਰ ਵੀਰ ਸਿੰਘ, ਉਹਨਾਂ ਨੇ ਪੂਰਾ ਭਰੋਸਾ ਦਵਾਇਆ ਹੈ ਕਿ ਤੁਹਾਡਾ ਬਿਲਕੁਲ ਜੋ ਵੀ ਬਣਦਾ ਹੱਕ ਆ ਉਹ ਸਾਨੂੰ ਦਵਾਇਆ ਜਾਏਗਾ, ਅਤੇ ਜਿਹੜਾ ਮੁੰਡੇ 'ਤੇ ਜੋ ਵੀ ਕੇਸ ਆ ਉਹ ਰੱਦ ਕੀਤੇ ਜਾਣਗੇ ਜੇ ਬਿਲਕੁਲ ਸਹੀ ਆ, ਅਤੇ ਬਿਲਕੁਲ ਸਹੀ ਦੀ ਮੰਗ ਅਸੀਂ ਕਰਦੇ ਹਾਂ, ਪੂਰਾ ਮਹੱਲਾ ਕਰਦਾ ਆ, ਪਿੰਡ ਦਾ ਜੋ ਵੀ ਸਾਡਾ ਸਾਹਮਣੇ ਬੈਠੇ ਆ ਸਾਰੇ ਵੀਰ, ਇਹ ਸਾਰੇ ਮੰਗ ਇਹੀ ਕਰਦੇ ਆ ਕਿ ਮੁੰਡਾ ਠੀਕ ਆ, ਨਹੀਂ ਤਾਂ ਇਹਨਾਂ ਦੇ ਮੂੰਹੋਂ ਤੁਸੀਂ ਸੁਣ ਸਕਦੇ ਜੇ ਕਿ ਮੁੰਡਾ ਠੀਕ ਆ ਕਿ ਨਹੀਂ ਠੀਕ ਆ। ਜੇ ਅਗਰ ਠੀਕ ਆ ਤਾਂ ਉਹਨੂੰ ਇਸ ਝੰਝਟ 'ਚੋਂ ਕੱਢਿਆ ਜਾਵੇ, ਅਤੇ ਉਹਨੂੰ ਆਪਣੀ ਫੈਮਿਲੀ ਚਲਾਉਣ ਦਾ ਹੱਕ ਦਿੱਤਾ ਜਾਵੇ ਵੀ ਆਪਣਾ ਬਿਲਕੁਲ ਸੇਫ ਆ, ਅਤੇ ਅਸੀਂ ਪ੍ਰਸ਼ਾਸਨ ਗਾੜੀ ਇਹੀ ਮੰਗ ਕਰਦੇ ਕਿ ਸਾਨੂੰ ਹੱਕ ਦਿੱਤਾ ਜਾਵੇ। ਕੀ ਕਾਰਨ ਕੀ ਆ ਸਰ, ਪਿੰਡ ਸਾਰਾ ਇਕੱਠਾ ਹੋਇਆ ਬੱਲਾ? ਇਹ ਜੀ ਧਰਮਿੰਦਰ ਸਿੰਘ ਨਾਮ ਦਾ ਲੜਕਾ ਵਾ ਜਿਹੜਾ ਬੱਲੇ ਦਾ ਰਹਿਣ ਵਾਲਾ, ਇਹਦੇ ਉੱਪਰ ਪਹਿਲਾਂ ਕੁਛ NDPS 'ਤੇ ਪਰਚੇ ਦਰਜ ਸੀਗੇ, ਸੋ ਅੱਜ ਉਹਨੂੰ ਜਿਹੜੀ ਉਹਦੀ ਵੇਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਕਿ ਕੀ ਇਹ ਹੁਣ ਇਸ ਚੀਜ਼ ਦੇ ਵਿੱਚ ਹੈਗਾ ਜਾਂ ਨਹੀਂ। ਉਹਦੇ ਦੌਰਾਨ ਉਹਦੀ ਸਿਹਤ ਥੋੜ੍ਹੀ ਖਰਾਬ ਹੋਈ, ਅਤੇ ਜਿਹਦਾ ਕਰਕੇ ਫਿਰ ਪਿੰਡ ਵਾਲਿਆਂ ਨੇ ਵੀ ਰੋਸ ਕੀਤਾ ਵੀ ਸ਼ਾਇਦ ਇਹ ਮਤਲਬ ਕਿਉਂ ਬਿਮਾਰ ਹੋ ਗਿਆ। ਹੁਣ ਉਸ ਤੋਂ ਬਾਅਦ ਉਹਨੂੰ ਸ਼ਿਫਟ ਕਰਾਇਆ ਗਿਆ ਵਾ ਹੋਸਪਿਟਲ ਜਿੱਥੇ ਉਹ ਠੀਕ ਹੈ, ਅਤੇ ਪਿੰਡ ਵਾਲਿਆਂ ਨੂੰ ਅਸੀਂ ਭਰੋਸਾ ਦਵਾਇਆ ਕਿ ਜੇ ਉਹ ਕਹਿ ਰਹੇ ਨੇ ਵੀ ਹੁਣ ਇਹੋ ਜਿਹਾ ਕੰਮ ਨਹੀਂ ਕਰਦਾ, ਤਾਂ ਅਸੀਂ ਕਿਹਾ ਅਸੀਂ ਬਿਲਕੁਲ ਇਹਦੀ ਪ੍ਰੋਪਰ ਵੇਰੀਫਿਕੇਸ਼ਨ ਕਰਾਂਗੇ, ਜੇ ਉਹ ਨਹੀਂ ਕਰਦਾ ਤਾਂ ਕਿਸੇ ਦੇ ਨਾਲ ਵੀ ਕੋਈ ਨਜਾਇਜ਼ ਇਹੋ ਜਿਹੀ ਕੋਈ ਵੀ ਲੀਗਲ ਕਾਰਵਾਈ ਨਹੀਂ ਹੋਊਗੀ। ਸਰ, ਮੁਲਾਇਮ ਦੀ ਗੱਡੀ ਇੱਥੇ ਪਿੰਡ 'ਚ ਲਵਾਈ ਗਈ, ਚਾਬੀ ਖੋਈ ਗਈ ਸੀ, ਕੀ ਕਾਰਨ ਕੀ ਰਹੇ? ਨਹੀਂ ਵੇਖੋ, ਉਹ ਇਹ ਆ ਵੀ ਜਦੋਂ ਦੋਵੇਂ ਪਾਸੇ ਇਮੋਸ਼ਨਲ ਟਾਈਪ ਹੁੰਦੇ ਆ, ਉਹਦੇ ਵਿੱਚ ਕੁਛ ਹੋਇਆ ਹੋਊਗਾ, ਇਹੋ ਜਿਹੀ ਕੋਈ ਤਕਰਾਰਬਾਜ਼ੀ ਨਹੀਂ, ਅਸੀਂ ਉਹਨਾਂ ਨਾਲ ਬਿਲਕੁਲ ਜੋ 100% ਨਿਆਂ ਇਨਸਾਫ ਆ ਉਸ ਤਰੀਕੇ ਦੇ ਨਾਲ ਕਰਾਂਗੇ। ਸਰ, ਕੁਛ ਮੁਲਾਇਮਾਂ ਨੇ ਤੁਹਾਨੂੰ ਨਾਂ ਵੀ ਦੱਸਿਆ ਗਿਆ, ਉਹਦੀ ਫੈਮਿਲੀ ਵੱਲੋਂ ਚੈੱਕ ਕੀਤਾ ਜਾਏਗਾ? ਅਸੀਂ ਸਾਰਾ ਬਿਲਕੁਲ ਵੇਖੋ, ਜਿਹੜੀ ਪੁਲਿਸ ਦੀ ਵਰਕਿੰਗ ਹੈ ਅਸੀਂ ਉਹਨੂੰ ਹਰ ਵੇਲੇ ਮੋਨੀਟਰ ਕਰਦੇ ਹਾਂ ਕੌਣ ਕਿਸ ਤਰੀਕੇ ਦੇ ਨਾਲ ਕਰ ਰਿਹਾ, ਅਸੀਂ ਉਹਨੂੰ ਹੋਰ ਇਨਸ਼ੋਰ ਕਰਾਂਗੇ ਵੀ ਜਿਹੜਾ ਬੰਦਾ ਕੋਈ ਸੁਧਰਿਆ ਵਾ ਜਾਂ ਜਿਵੇਂ ਵੀ ਹੈ ਉਹਦਾ ਉਸ ਤਰੀਕੇ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ, ਅਤੇ ਉਹਦੇ ਅਕੋਰਡਿੰਗ ਹੀ ਉੱਤੇ ਕਾਰਵਾਈ ਕੀਤੀ ਜਾਵੇ।
ਸਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਵੱਖ ਵੱਖ ਵੀਡੀਓ ਆਉਂਦੀਆਂ ਤੁਹਾਡੇ ਵੱਲੋਂ ਵੀ ਬਿਆਨ ਜਾਰੀ ਹੁਣ ਕੀਤਾ ਜਾਂਦਾ ਵਾ, ਲੋਕ ਫਿਰ ਨਹੀਂ ਹਟਦੇ ਨਸ਼ੇ ਨੂੰ ਕਰਨਾ? ਇੱਕ ਤਾਜ਼ਾ ਮਾਮਲੇ ਬੱਸ ਸਟੈਂਡ ਦਾ ਆਇਆ ਸੀ, ਤੁਹਾਡੇ ਪੱਖ ਵੀ ਤੁਹਾਡਾ ਆ ਗਿਆ ਸੀ ਕਿ ਲੋਕ ਫਿਰ ਵੀ ਨਹੀਂ ਹਟਦੇ, ਫਿਰ ਵੀ ਉੱਥੇ ਇੱਦਾਂ ਹੀ ਲੋਕ ਫਿਰਦੇ ਨੇ, ਹੋਰ ਇਲਾਕਿਆਂ 'ਚ ਹੁੰਦਾ ਕਿਤੇ ਤੁਹਾਡੇ ਏਰੀਏ ਦੇ ਇਲਾਕੇ ਪੈਂਦੇ, ਉਹਨਾਂ ਨੂੰ ਕੀ ਮੈਸੇਜ ਦੇਣਾ? ਉਹਦੇ ਵਿੱਚ ਜਿਹੜਾ ਬੱਸ ਸਟੈਂਡ ਤੁਸੀਂ ਕਹਿ ਰਹੇ ਹੋ, ਉਹਦੇ ਵਿੱਚ ਜਿਹੜਾ ਲੜਕਾ ਲੜਕੀ ਸੀ ਅਸੀਂ ਆਈਡੈਂਟੀਫਾਈ ਕੀਤੇ, ਉਹ ਦੋਨੋਂ ਨਸ਼ਾ ਕਰਨ ਦੇ ਆਦੀ ਸੀਗੇ। ਉਹਨਾਂ ਦੀ ਦੋ ਤਿੰਨ ਵਾਰ ਪ੍ਰੀਵੈਂਟਿਵ ਐਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ 109 CRPC ਤਹਿਤ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ, ਬਟ ਸ਼ਾਇਦ ਉਹ ਉਹਨਾਂ ਦਾ ਪਰਮਾਨੈਂਟ ਸਲਿਊਸ਼ਨ ਨਹੀਂ ਨਿਕਲਿਆ। ਹੁਣ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਉਹਨਾਂ ਨੂੰ ਸਵਾਮੀ ਵਿਵੇਕਾਨੰਦ ਜਿਹੜਾ ਨਸ਼ਾ ਛਡਾਊ ਕੇਂਦਰ ਉੱਥੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਨੇ। ਅਸੀਂ ਡਾਕਟਰ ਸਾਹਿਬ ਨੂੰ ਅੱਜ ਖੁਦ ਮਿਲੇ ਹਾਂ ਅਤੇ ਉਹ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਹੌਲੀ ਹੌਲੀ ਜਿਵੇਂ ਉੱਥੇ ਰਹਿਣਗੇ ਅਤੇ ਸੁਧਾਰ ਹੋਊਗਾ ਅਤੇ ਉਹ ਸ਼ਾਇਦ ਉਹਨਾਂ ਦੇ ਲਈ ਮੈਨੂੰ ਲੱਗਦਾ ਕਿ ਪਰਮਾਨੈਂਟ ਹੱਲ ਵੀ ਹੋਊਗਾ। ਸਰ ਲੋਕ ਕੁਛ ਫਿਰ ਨਹੀਂ ਹਟਦੇ, ਪੰਜਾਬ ਪੁਲਿਸ ਨੇ ਸੁਧਾਰਨਾ ਚਾਹੁੰਦੀ ਹੈ, ਕੁਛ ਲੋਕ ਫਿਰ ਵੀ ਇੱਦਾਂ ਲੋਕ ਸਾਹਮਣੇ ਆ ਰਹੇ ਵੀਡੀਓ ਵਿੱਚ, ਮੇਰੇ ਤੁਹਾਡੇ ਵੱਲੋਂ ਰੋਕਿਆ ਵੀ ਜਾਂਦਾ ਕਿ ਲੋਕ ਫਿਰ ਨਹੀਂ ਹਟਦੇ? ਦੇਖੋ, ਇਹ ਵੀ ਇਹਦੇ ਵਿੱਚ ਸਾਰੀ ਸੁਸਾਇਟੀ ਦਾ ਵੀ ਰੋਲ ਆ, ਜਿਹਨੇ ਵੀ ਮਤਲਬ ਪੇਰੈਂਟਸ ਜਿਵੇਂ ਆਪਣੇ ਬੱਚਿਆਂ ਦਾ ਖਿਆਲ ਕਰਨ, ਹੋਰ ਜੋ ਵੀ ਸੁਸਾਇਟੀ ਦੇ ਮਤਲਬ ਆਗੂ ਨੇ, ਧਾਰਮਿਕ ਆਗੂ ਨੇ, ਮਤਲਬ ਈਵਨ ਟੀਚਰਸ ਨੇ, ਉਹ ਜਿਹਦਾ ਜਿਹਦਾ ਵੀ ਖਿਆਲ ਕਰ ਸਕਦੇ ਉਹ ਕਰਨ, ਅਤੇ ਤਾਂ ਹੀ ਕਰਕੇ ਮਤਲਬ ਅਸੀਂ ਜਿਹੜਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਸਕਦੇ ਕੰਬਾਈਂਡ ਐਫਰਟ ਕਰਕੇ। ਸਰ ਬੱਲੇ ਭਾਰੀ ਪੁਲਿਸ ਲਗਾਈ ਗਈ ਸੀ, ਲੋਕ ਇਕੱਠੇ ਹੋਏ ਸੀ ਕਿ ਹੁਣ ਧਰਨਾ ਚੁਕਾਇਆ ਜਾਊਗਾ, ਅਗਰ ਲੋਕ ਇਕੱਠੇ ਹੋਏ ਸੀ? ਨਹੀਂ, ਲੋਕਾਂ ਦੇ ਨਾਲ ਇਹਨਾਂ ਨਾਲ ਸਾਡੀ ਗੱਲ ਹੋ ਗਈ ਹੈ, ਪਰਿਵਾਰ ਦੇ ਨਾਲ ਗੱਲ ਹੋ ਗਈ ਹੈ ਅਤੇ ਬਿਲਕੁਲ ਸੈਟਿਸਫਾਈਡ ਨੇ। ਬਾਕੀ ਜੋ ਹੋਰ ਉਹਨਾਂ ਦੀ ਹੋਊਗਾ ਉਹ ਸਾਨੂੰ ਕੱਲ੍ਹ ਨੂੰ ਉਹਦੀ ਰਿਟਰਨ ਕੰਪਲੇਂਟ ਵਗੈਰਾ ਦੇ ਦੇਣਗੇ ਅਤੇ ਅਸੀਂ ਜੋ ਵੀ ਹੈ ਉਹ ਸੀਨੀਅਰ ਆਫਿਸਰਸ ਤੱਕ ਉੱਪਰ ਪਹੁੰਚਾ ਦਾਂਗੇ ਅਤੇ ਇਹਨਾਂ ਦੇ ਨਾਲ ਜੋ ਵੀ ਹੈ ਐਡਜਸਟ ਕੀਤਾ ਜਾਊ।